ਆਪਣੇ ਪਰਿਵਾਰ ਨੂੰ ਆਪਣੀ ਵਾਈਫ ਨੂੰ ਮਦਰ ਨੂੰ ਲੈ ਕੇ ਆਪਣੀ ਸਾਲੀ ਨੂੰ ਆਪਣੇ ਸਾਂਢੂ ਸਾਹਿਬ ਜਾਂ ਸਾਹਿਬ ਨੂੰ ਲੈ ਕੇ ਮੈਰਿਜ 'ਤੇ ਗਿਆ ਹਾਂ ਵੀਰ ਜੀ ਅਤੇ ਉੱਥੇ ਵੀਰ ਜੀ ਕੋਈ ਸ਼ਰਾਰਤੀ ਅੰਸਰ ਵੀਰ ਜੀ ਚਾਂਗਰਾ ਮਾਰਦੇ ਸੀ ਜੋ ਨੱਚਦੇ ਸੀ ਅਤੇ ਮੈਰਿਜ 'ਤੇ ਗਏ ਹੋਏ ਸੀ ਅਤੇ ਉਹਨਾਂ ਨੇ ਮਤਲਬ ਚਾਂਗਰਾ ਮਾਰਦੇ ਸੀ ਮੁੰਡੇ ਅਤੇ ਉਹਨਾਂ ਨੇ ਕਿਹਾ ਕਿ ਮਤਲਬ ਇੱਥੇ ਕੁਛ ਨਹੀਂ ਤੁਸੀਂ ਚਾਂਗਰਾ ਨਹੀਂ ਮਾਰਨੀਆਂ ਇੱਥੇ ਸਾਰ ਮਤਲਬ ਵੀ ਮੈਰਿਜ ਹੁੰਦੀ ਹੈ ਇੱਥੇ ਖਰਾਬੀ ਨਹੀਂ ਕਰਨੀ ਵੀ ਅਤੇ ਉਹਨਾਂ ਨੇ ਮਤਲਬ ਡੱਕਣ ਦੀ ਵਜ੍ਹਾ ਨਾਲ ਹੀ ਇੱਥੇ ਮਤਲਬ ਕਿ ਅਸੀਂ ਆਪਣੇ ਘਰ ਆ ਗਏ ਸਾਰਾ ਪਰਿਵਾਰ ਦਲਜੀਤ ਕੌਰ ਜਬਾਲ ਗੱਲਬਾਤ ਭਾਅ ਜੀ ਪੈਲਸ ਅਸੀਂ ਮੈਰਿਜ 'ਤੇ ਗਏ ਹੋਏ ਸੀ ਅਤੇ ਉਹਨਾਂ ਨੇ ਮਤਲਬ ਚਾਂਗਰਾ ਮਾਰਦੇ ਸੀ ਮੁੰਡੇ ਅਤੇ ਉਹਨਾਂ ਨੇ ਕਿਹਾ ਕਿ ਮਤਲਬ ਇੱਥੇ ਕੁਛ ਨਹੀਂ ਤੁਸੀਂ ਚਾਂਗਰਾ ਨਹੀਂ ਮਾਰਨੀਆਂ ਇੱਥੇ ਸਾਰ ਮਤਲਬ ਵੀ ਮੈਰਿਜ ਹੁੰਦੀ ਹੈ ਇੱਥੇ ਖਰਾਬੀ ਨਹੀਂ ਕਰਨੀ ਵੀ ਅਤੇ ਉਹਨਾਂ ਨੇ ਮਤਲਬ ਡੱਕਣ ਦੀ ਵਜ੍ਹਾ ਨਾਲ ਹੀ ਇੱਥੇ ਮਤਲਬ ਕਿ ਅਸੀਂ ਆਪਣੇ ਘਰ ਆ ਗਏ ਸਾਰਾ ਪਰਿਵਾਰ ਅਸੀਂ ਤਿੰਨੇ ਸੀ ਕਹਿੰਦੇ ਕਹਿੰਦੇ ਉਹ ਹਜੇ ਮਤਲਬ ਆਏ ਨਹੀਂ ਘਰੇ ਅਸੀਂ ਜਦੋਂ ਘਰੇ ਆ ਗਏ ਹਾਂ ਸਾਰਾ ਪਰਿਵਾਰ ਅਤੇ ਇਹਨਾਂ ਨੇ ਮਤਲਬ ਆਣ ਕੇ 40-50 ਜਣੇ ਬੰਦੇ ਇਕੱਠੇ ਕਰਕੇ ਲਿਆ ਕੇ ਅਤੇ ਸਾਡੇ ਘਰੇ ਆਣ ਕੇ ਉਹਨਾਂ ਨੇ ਹਮਲਾ ਕੀਤਾ ਵਾ ਸਾਨੂੰ ਮਾੜਾ ਚੰਗਾ ਬੋਲੇ ਆਣ ਕੇ ਹਾਂਜੀ ਇੱਕ ਰਾਜੂ ਬਾਲਮੀਕੀਆ ਸੀ ਅਤੇ ਇੱਕ ਮਤਲਬ ਦੋ ਤਿੰਨ ਮੁੰਡੇ ਹੋਰ ਸੀ ਨਾਲ ਉਹਨਾਂ ਦੇ ਉਹ ਜ਼ਿਆਦਾ ਬਹੁਤ ਬੋਲਦੇ ਸੀ ਅਤੇ ਹੁਣ ਮਤਲਬ ਇੱਕ ਗੋਪੀ ਮੁੰਡਾ ਸੀ ਅਤੇ ਬਾਕੀ ਹੁਣ ਮਤਲਬ ਵੀ ਸਾਨੂੰ ਪਤਾ ਹੀ ਨਹੀਂ ਆ ਮਤਲਬ ਜ਼ਿਆਦਾ ਹਥਿਆਰ ਹੀ ਭਾਜੀ ਉਹਨਾਂ ਕੋਲ ਮਤਲਬ ਇਹ ਸੰਭੇ ਜੀ ਉਹਨਾਂ ਕੋਲ ਤਿੰਨਾਂ ਚੌਂ ਜਣਿਆਂ ਕੋਲ ਬਹੁਤ ਹਥਿਆਰ ਸੀ ਉਹ ਹੀ ਮਾਰੀ ਗਏ ਆ ਫਿਰ ਉਹਨਾਂ ਨੇ ਟਰੋਡੇ ਚਲਾਏ ਸਾਡੇ ਘਰ ਆਣ ਕੇ ਸਾਨੂੰ ਗੰਦ ਮੰਦ ਬੋਲਿਆ ਵਾ ਅਤੇ ਬਾਅਦ 'ਚੋਂ ਦੀ ਫਿਰ ਜਦੋਂ ਡੱਕਿਆ ਉਹਨਾਂ ਨੇ ਅਤੇ ਫਿਰ ਸਾਰੇ ਮੁਹੱਲੇ 'ਚ ਹੀ ਰੋੜੇ ਮਾਰ ਕੇ ਗਏ ਉਹ ਹਾਂਜੀ ਉਹਨਾਂ ਨੇ ਸਿਰ ਪਾੜਿਆ ਵਾ ਇੱਕ ਮੁੰਡੇ ਦੀ ਬਾਂਹ ਤੋੜੀ ਆ ਇੱਕ ਦਾ ਦੋਵਾਂ ਦੇ ਸਿਰ ਪਾੜੇ ਫਿਰ ਅਸੀਂ ਥਾਣੇ ਗਏ ਹਾਂ ਥਾਣੇ ਜਾ ਕੇ ਵੀ ਉਹਨਾਂ ਨੇ ਮਤਲਬ ਉਹਨਾਂ 'ਤੇ ਹਮਲਾ ਕੀਤਾ ਵਾ ਇੱਕ ਮੁੰਡੇ ਦਾ ਉੱਥੇ ਥਾਣੇ 'ਚ ਜਾ ਕੇ ਸਿਰ ਪਾੜ ਕੇ ਆਏ ਉਹ ਕਹਿੰਦੇ ਅਸੀਂ ਕਿਸੇ ਕੋਲ ਨਾ ਹੀ ਥਾਣੇ ਵਾਲਿਆਂ ਤੋਂ ਡਰਦੇ ਹਾਂ ਅਤੇ ਨਾ ਹੀ ਸਾਨੂੰ ਕਿਸੇ ਦਾ ਡਰ ਹੈਗਾ ਵਾ ਭਾਅ ਜੀ ਇਨਸਾਫ ਹੀ ਹੋਣਾ ਚਾਹੀਦਾ ਵਾ ਖਤਰਾ ਹੀ ਆ ਭਾਅ ਜੀ ਜਦੋਂ ਉਹ ਮਤਲਬ ਉਹਨਾਂ ਨੇ ਇੱਕ ਵਾਰ ਨਹੀਂ ਉਹਨਾਂ ਨੇ ਬਹੁਤ ਵਾਰ ਹੀ ਲੜਾਈ ਕੀਤੀ ਹੈ ਪਿੰਡਾਂ 'ਚ ਉਹ ਆਉਂਦੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਜੋ ਕਰ ਸਕਦੇ ਹਾਂ ਉਹ ਕੋਈ ਵੀ ਨਹੀਂ ਕਰ ਇੱਕ ਗੋਪੀ ਕਹਿੰਦੇ ਗੋਪੀ ਜੇ ਪਤਾ ਲੱਗ ਗਿਆ ਤੁਹਾਨੂੰ ਗੋਪੀ ਦਾ ਅਤੇ ਤੁਹਾਨੂੰ ਗੋਪੀ ਜਾਣ ਕੇ ਦੱਸੂਗਾ ਪਤਾ ਉਹ ਪਤਾ ਨਹੀਂ ਕੀ ਚੀਜ਼ ਆ ਕਹਿੰਦੇ ਰਾਹੁਲ ਇੱਕ ਬੰਦਾ ਵਾ ਕਹਿੰਦੇ ਅਤੇ ਭਾਅ ਜੀ ਮੇਰੇ ਮਤਲਬ ਮੇਰੀ ਸੱਸ ਦੇ ਵੀ ਮਤਲਬ ਲੱਗੀ ਹੋਈ ਸੱਟ ਉਹਨਾਂ ਨੇ ਰੋੜਾ ਮਾਰਿਆ ਵਗਾਤਾ ਇੱਟ ਮਾਰੀ ਉਹਦਾ ਗੋਡੇ 'ਤੇ ਸੱਟ ਲੱਗੀ ਆ ਜ਼ਿੰਮੇਵਾਰ ਭਾਅ ਜੀ ਉਹੀ ਜਿਹੜਾ ਰਾਜੂ ਆ ਮੇਰਾ ਨਾਮ ਵਿਕਰਮਜੀਤ ਸਿੰਘ ਵਿੱਕੀ ਆ ਜੀ ਪਿੰਡ ਕੋਟਧਰਮ ਚੰਦ ਕਲਾਂ ਜੀ ਆਪਣਾ ਭਾਅ ਜੀ ਮੈਂ ਵੀਰ ਦੇ ਸੱਟ ਲੱਗੀ ਅਤੇ ਮੈਂ ਥਾਣੇ ਲੈ ਕੇ ਗਿਆ ਗੱਡੀ 'ਤੇ ਤੋੜ ਭੰਨ ਬਹੁਤ ਜ਼ਿਆਦਾ ਕੀਤੀ ਉਹਨਾਂ ਮੈਂ ਗੱਡੀ 'ਤੇ ਥਾਣੇ ਲੈ ਗਿਆ ਅਤੇ ਉੱਥੇ ਜਾ ਕੇ ਮੇਰੇ ਵੀ ਗਲ ਪੈ ਗਏ ਆ ਜੀ ਅਤੇ ਬੂਹਾ ਮਾਰ ਲਿਆ ਉਹਨਾਂ ਥਾਣੇ ਦਾ ਇਹ ਮੈਨੂੰ ਤਾਂ ਲੱਗਦਾ ਵੀ ਥਾਣੇ ਵਾਲਿਆਂ ਦੀ ਮਿਲੀ ਭੁਗਤ ਨਾਲ ਕੰਮ ਹੋਇਆ ਜੀ ਸਾਰਾ ਥਾਣੇ ਦੇ ਵਿੱਚ 20-25 ਜਣੇ ਕੁਝ ਮੁਲਾਜ਼ਮ ਵੀ ਹੈਗੇ ਸੀ ਪਰ ਸਾਡੀ ਕਿਸੇ ਨੇ ਸਪੋਰਟ ਨਹੀਂ ਕੀਤੀ ਉੱਥੇ ਸਾਨੂੰ ਉੱਥੇ ਹੋਸਪਿਟਲ ਵੀ ਨਹੀਂ ਦਾਖਲ ਹੋਣ ਦਿੱਤਾ ਉਹਨਾਂ ਜੀ ਅਸੀਂ ਇਸੇ ਕਰਕੇ ਆ ਤਰਨ ਤਾਰਨ ਆਏ ਹਾਂ ਜੀ ਹੋਸਪਿਟਲ ਦਾਖਲ ਹੋਣ ਜਿਹੜੀ ਸੱਟ ਲੱਗੀ ਹੈ ਥਾਣੇ ਦੇ ਵਿੱਚ ਲੱਗੀ ਹੈ ਇਹ ਥਾਣੇ ਦੇ ਵਿੱਚ ਲੱਗੀ ਆ ਹਾਂਜੀ ਉੱਥੇ ਲੱਗੀ ਆ ਬਕਾਇਦਾ ਕੈਮਰੇ ਵੀ ਲੱਗੇ ਆ ਥਾਣੇ ਦੇ ਵਿੱਚ ਨਾ ਕਿਨਾਂ ਬੰਦੇ ਦਾ ਨਾਮ ਪਤਾ ਤੁਹਾਨੂੰ ਵੀ ਆਈ ਨਹੀਂ ਮੈਨੂੰ ਨਾਵਾਂ ਦਾ ਨਹੀਂ ਪਤਾ ਇਹਨਾਂ ਨੂੰ ਬਾਕੀ ਵੀਰਾਂ ਝਬਾਲ ਵਾਲਿਆਂ ਨੂੰ ਪਤਾ ਹੋਊਗਾ ਨਾਵਾਂ ਦਾ ਮੈਂ ਤਾਂ ਲੈ ਕੇ ਗਿਆ ਸੀ ਇਹਨਾਂ ਨੂੰ ਵੀਰ ਜੀ ਮੇਰਾ ਸੁਖਦੇਵ ਸਿੰਘ ਸ਼ੰਮੀ ਵੀਰ ਜੀ ਨਾਂ ਪਿੰਡ ਝਬਾਲ ਮੇਰਾ ਵੀਰ ਜੀ ਅੱਜ ਮੈਂ ਆਪਣੇ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਆਪਣੀ ਵਾਈਫ ਨੂੰ ਮਦਰ ਨੂੰ ਲੈ ਕੇ ਆਪਣੀ ਸਾਲੀ ਨੂੰ ਆਪਣੇ ਸਾਂਢੂ ਸਾਹਿਬ ਜਾਂ ਸਾਹਿਬ ਨੂੰ ਲੈ ਕੇ ਮੈਰਿਜ 'ਤੇ ਗਿਆ ਹਾਂ ਵੀਰ ਜੀ ਅਤੇ ਉੱਥੇ ਵੀਰ ਜੀ ਕੋਈ ਸ਼ਰਾਰਤੀ ਅੰਸਰ ਵੀਰ ਜੀ ਚਾਂਗਰਾ ਮਾਰਦੇ ਸੀ ਜੋ ਨੱਚਦੇ ਸੀ ਅਤੇ ਉਦੋਂ ਬਾਅਦ ਕੋਈ ਉਹਨਾਂ ਦੇ ਮਨ 'ਚ ਰੰਜਿਸ਼ ਹੋਈ ਅਤੇ ਵੀਰ ਜੀ ਉੱਥੇ ਲੜਾਈ ਹੋਈ ਗਾਲੀ ਗਲੋਚ ਹੋਈ ਠੀਕ ਹੈ ਵੀਰ ਜੀ ਅਤੇ ਬਾਅਦ 'ਚ ਘਰ ਆਣ ਕੇ ਸਾਡੇ ਗਲ ਪੈ ਗਏ ਵੀਰ ਜੀ 60-70 ਮੁੰਡੇ ਲੈ ਗਏ ਅਤੇ ਥਾਣੇ ਵੀ ਗਏ ਹਾਂਜੀ ਪਹਿਲਾਂ ਉਹ ਤੋਂ ਪਹਿਲਾਂ ਸਾਡਾ ਸਿਰ ਪਾੜਿਆ ਗਿਆ ਵੀ ਇੱਧਰ ਵੇਖ ਲਓ ਸਿਰ ਪਾੜਿਆ ਗਿਆ ਅੱਖ ਸੱਟ ਲੱਗੀ ਗਈ ਸਾਡੀਆਂ ਗੱਡੀਆਂ ਭੰਨੀਆਂ ਗਈਆਂ ਥਾਣੇ ਵੀ ਗਏ ਅਤੇ ਥਾਣੇ ਜਦੋਂ ਗਏ ਥਾਣੇ ਵੀ ਸਾਡੇ ਗਲ ਪੈ ਗਏ ਆ ਬੂਹੇ ਦੋਵੇਂ ਮਾਰ ਲਏ ਫਰੰਟ ਬੂਹਾ ਮਾਰ ਲਿਆ ਵਾ ਥਾਣੇ ਦਾ ਅਤੇ ਜਿਹੜਾ ਦੂਜਾ ਵੀ ਆ ਉਹ ਵੀ ਮਾਰ ਲਿਆ ਝਬਾਲ ਥਾਣੇ ਦਾ ਜੀ ਕਿੰਨੇ ਕੁ ਬੰਦੇ ਸੀ ਜਦੋਂ ਤੁਹਾਨੂੰ ਕੁੱਟ ਰਹੇ ਉੱਥੇ 30-35 ਜਣੇ ਹੈਗੇ ਸੀ ਹਾਂਜੀ ਹਥਿਆਰ ਹਾਂਜੀ ਹੈਗੇ ਸੀ ਉਹਨਾਂ ਕੋਲ ਜੀ ਪਿਸਟਲ ਨਹੀਂ ਹੈਗੇ ਦਾਤਰ ਵਗੈਰਾ ਹੈਗੇ ਸੀ ਇੱਦਾਂ ਹਾਕੀ ਇੱਦਾਂ ਬੈਸਬੋਲ ਜੀ
ਸ਼ਰੇਆਮ ਗੁੰਡਾਗਰਦੀ ਕੀਤੀ ਗਈ ਜੀ। ਪੁਲਿਸ ਨੇ ਵੀ ਨਹੀਂ ਸਾਡੀ ਸੁਣੀ ਜੀ, ਪੁਲਿਸ ਸਗੋਂ ਉਹਨਾਂ ਦੀ ਸਪੋਰਟ ਕਰਦੀ ਸੀ ਜੀ। ਕੀ ਕਾਰਨ ਪੁਲਿਸ ਕਿਉਂ ਸਪੋਰਟ ਕਰਦੀ ਸੀ ਸਾਨੂੰ ਨਹੀਂ ਇਹ ਗੱਲ ਦਾ ਪਤਾ। ਬਾਕੀ ਜਦੋਂ ਉਹ ਸਾਡੇ ਗੱਲ ਪਏ ਤੇ ਉਹਨਾਂ ਨੂੰ ਵੀ ਅੰਦਰ ਲੈ ਗਏ, ਅੰਦਰ ਜਦੋਂ ਉਹਨਾਂ ਨੂੰ ਲੈ ਕੇ ਗਏ ਤੇ ਉਹਨਾਂ ਨੂੰ ਬੂਹਾ ਖੋਲਦਿਆਂ ਸਾਰ ਹੀ ਸਾਨੂੰ ਵੀ ਉਹਨਾਂ ਨੇ ਅੰਦਰ ਲੈ ਲਿਆ ਤੇ ਉਹ ਸਾਨੂੰ ਕਹਿੰਦੇ ਅੰਦਰ ਚਲੋ ਅੰਦਰ ਚਲੋ। ਬਾਅਦ 'ਚ ਪਤਾ ਨਹੀਂ ਕੀ ਗੱਲ ਹੋਈ, ਚਲੋ ਉਹਨਾਂ ਨੇ ਸਾਨੂੰ ਬਾਹਰ ਕੱਢਤਾ ਜੀ। ਕਿਸ ਤਰ੍ਹਾਂ ਵਜੇ ਰੋਟੀ ਪੈਂਦੀ ਜਾਣੀ ਤੁਸੀਂ ਦੋ ਤਿੰਨ ਜਾਣੇ ਨੇ, ਕਿਸ ਤਰ੍ਹਾਂ ਵਜੇ ਤੁਸੀਂ ਉੱਥੇ? ਕੋਈ ਹੈਗੇ ਸੀ ਲਾਗੇ ਪਾਸੇ ਵਾਲੇ, ਕੋਈ ਹੈਗੇ ਦੁਕਾਨਾਂ ਦਕੂਨਾਂ ਵਾਲੇ, ਉਹਨਾਂ ਨੇ ਜੀ ਸਾਨੂੰ ਉਹਨਾਂ ਨੇ ਬੂਹਾ ਖੋਲ ਕੇ ਜੀ ਚਲੋ ਛਡਾ ਛਡੂ ਦਿੱਤਾ ਸਾਰਿਆਂ ਨੂੰ ਅਤੇ ਬਾਅਦ 'ਚ ਅਸੀਂ ਆ ਗਏ ਵਾਪਸ। ਕੀ ਮੰਗ ਕਰ? ਸਾਡੀਆਂ ਗੱਡੀਆਂ ਵੀ ਤੋੜੀਆਂ ਗਈਆਂ। ਕੀ ਮੰਗ ਕਰਦੇ ਸੀ? ਇਹੋ ਮੰਗ ਕਰਦੇ ਹਾਂ ਜੀ। ਕੀ ਮੰਗ ਕਰਦੇ ਭਾਅ ਜੀ ਤੁਸੀਂ? ਹਾਂਜੀ ਮੰਗ ਕਰਦੇ ਹਾਂ ਜੀ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋਵੇ। ਉਹਨਾਂ ਦਾ ਵੀਰ ਜੀ ਪਹਿਲਾਂ ਵੀ ਉਹਨਾਂ ਝਬਾਲ 'ਚ ਬਹੁਤ ਗੁੰਡਾਗਰਦੀ ਮਚਾਈ ਹੋਈ ਆ ਜੀ, ਠੀਕ ਹੈ। ਅਤੇ ਅਸੀਂ ਮੰਗ ਕੇ ਇਹੋ ਕਰਦੇ ਹਾਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ। ਨੁਕਸਾਨ ਹੁੰਦਾ ਤਾਂ ਉਹ ਜ਼ਿੰਮੇਵਾਰ ਹੋਣਗੇ ਜਿਹੜੇ ਮੇਨ ਆ ਉਹਨਾਂ ਦੇ। ਹਾਂਜੀ ਮਿਤੀ 26 ਤਰੀਕ ਨੂੰ ਜਿਹੜਾ ਸੇਠੀ ਪੈਲਸ ਦੇ ਵਿੱਚ ਦੋਵਾਂ ਧਿਰਾਂ ਦੇ ਵਿੱਚ ਜਿਹੜਾ ਵਿਆਹ ਦੇ ਵਿੱਚ ਝਗੜਾ ਹੋਇਆ ਸੀਗਾ, ਜਿਹਦੇ ਵਿੱਚ ਸਾਡੇ ਕੋਲ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਅਤੇ ਪੜਤਾਲ ਜਾਰੀ ਆ ਅਤੇ ਪੜਤਾਲ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ। ਸਰ ਇੱਕ ਕਹਿੰਦੇ ਆ ਕਿ ਥਾਣੇ ਦੇ ਵਿੱਚ ਵੀ ਇਹਨਾਂ ਨੇ ਆ ਕੇ ਸਾਡੀ ਕੁੱਟਮਾਰ ਕੀਤੀ ਹੈ, ਗੁੰਡਾਗਰਦੀ ਕੀਤੀ ਹੈ, ਪੁਲਿਸ ਦੇ ਸਾਹਮਣੇ ਪੁਲਿਸ ਹਾਜ਼ਰੀ ਜੀ, ਕੀ ਇਹ ਸਾਰਾ ਮਾਮਲਾ ਸੱਚ ਹੈ ਜੀ? ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਦੋਵੇਂ ਧਿਰਾਂ ਆਈਆਂ ਜ਼ਰੂਰ ਸੀਗੀਆਂ, ਦਰਖਾਸਤ ਦੇਣ ਆਈਆਂ ਸੀਗੀਆਂ ਦੋਵੇਂ ਧਿਰਾਂ ਥਾਣੇ ਦੇ ਵਿੱਚ, ਦਰਖਾਸਤ ਦੇ ਕੇ ਜਿਹੜੇ ਆ ਚਲੇ ਗਏ ਸੀਗੇ ਅਤੇ ਉਸ ਤੋਂ ਬਾਅਦ ਜਿਹੜੀ ਆ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਜਿਹੜੀ ਆ ਬਣਦੀ ਕਾਰਵਾਈ ਕੀਤੀ ਬਾਹਰ। ਇਹ ਲੜਾਈ ਉੱਥੇ ਹੋਈ ਆ ਜਿਹੜੀ ਪੈਲਸ ਦੇ ਵਿੱਚ ਹੋਈ ਆ, ਉਸ ਤੋਂ ਬਾਅਦ ਮਤਲਬ ਥਾਣੇ ਦੇ ਵਿੱਚ ਜਿਹੜੀ ਆ ਦਰਖਾਸਤਾਂ ਦੇਣ ਆਈਆਂ ਸੀਗੀਆਂ ਦੋਵੇਂ ਪਾਰਟੀਆਂ, ਥਾਣੇ ਦੇ ਵਿੱਚ ਕੋਈ ਮਤਲਬ ਇੱਦਾਂ ਲੜਾਈ ਨਹੀਂ ਹੋਈ। ਦੇਰ ਹੈ ਪਰ ਹਨੇਰ ਨਹੀਂ, ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਦੁਖੀ ਭੈਣ ਭਰਾ ਦੇ ਸੱਚੇ ਹਮਦਰਦ ਬਾਬਾ ਅਫਜ਼ਲ ਖਾਨ 9889984580। ਗੈਟ ਐਕਸ ਲਵ ਬੈਕ ਇਨ ਯੋਰ ਲਾਈਫ। ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਬੁਰੇ ਸੁਪਨੇ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ, ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ। ਇਟਸ ਮਾਈ ਪ੍ਰੋਮਿਸ। ਬਾਬਾ ਅਫਜ਼ਲ ਖਾਨ 9889984580।